प्रकृति के कनकन में संगीत का वास है, परंतु कहते हैं कि एक हीरे की परख एक जोहरी ही कर सकता है। संगीत परमात्मा की एक ऐसी देन है जो अमीरी और गरीबी में कोई फर्क नहीं समझती। इसी के चलते मास्टर जनकराज आए दिन ऐसे संगीत कार्यक्रम करवाकर नौजवानों का मार्गदर्शक करते रहते हैं। उसी कड़ी को आगे बढ़ाते हुए सरस्वती संगीत संगठन के बैनर तले पठानकोट में 8 फरवरी को सुरीले उस्ताद नाम से एक कार्यक्रम सुबह 11 बजे ऑडिटोरियम में करवाया जा रहा है। प्रोग्राम 2 चरणों में करवाया जाएगा। पहले चरण में 6 से 15 वर्ष के बच्चे भाग लेंगे और दूसरे चरण में 15 वर्ष से ऊपर के बच्चे भाग लेंगे। इसलिए आज मास्टर जनकराज द्वारा पूरी टीम के साथ विधायक अमित विज के साथ कार्यक्रम की रूपरेखा को लेकर विचार विमर्श किया गया और प्रोग्राम का पोस्टर विधायक अमित विज द्वारा रिलीज किया गया। नमस्कार जी, सरस्वती संगीत सदन रजिस्टर्ड सोसाइटी है जिन्होंने चेयरमैन मास्टर जनक जी ने ते उन्हां दी पूरी टीम मेरे नाल है। मैं एक सुरीले उस्ताद करके रियलिटी शो कंपटीशन करवाना चाहते ने ताकि साढ़े जिहड़े शहर के आस पास जिहड़े बच्चे ने जिहड़े संगीत विच रुचि रखते ने या परमात्मा ने उन्हां नूं संगीत की बख्श दिती है ते उन्हां दा ऑडिशन करा के उन्हां नूं कंपटीशन करा के ताकि इस फील्ड विच अपना फ्यूचर बना सकन, इस फील्ड चो सिंगिंग दी फील्ड च अगे जा सकन। ते मैं सारे नूं यही गुजारिश करांगा कि 8 फरवरी 2020 नूं ऑडिटोरियम विच जिहड़ा सैली रोड ते है उत्थे इहदा ऑडिशन है 11 बजे तो शुरू होएगा ते अपनी एडवरटीजमेंट भी करनगे। मैं बच्चों नूं कहांगा कि जिहड़े संगीत च रुचि रखते ने या संगीत नूं अपना करियर या फ्यूचर बनाना चाहते ने और इस जरूर पार्टिसिपेट करन क्योंकि ऑडिशन तो बाद कंपटीशन करांगे। ਇਹ ਕੰਪੀਟੀਸ਼ਨ ਤੋਂ ਬਾਅਦ ਕਈ ਐਵਨਿਊਜ਼ ਹੈ ਜਿਹੜੇ ਓਪਨ ਹੋ ਸਕਦੇ ਨੇ ਤਾਂ ਜਿਸ ਤਰ੍ਹਾਂ ਤੁਹਾਡੀ ਜਿਹੜੀ ਕੋਈ ਜੇ ਤੁਸੀਂ ਜਿੱਤਦੇ ਹੋ ਤੇ ਉਹਦੇ ਵਿੱਚ ਤੁਹਾਡੀ ਆਵਾਜ਼ ਅੱਛੀ ਹੈ ਤੇ ਉਹਦੀ ਕੋਈ ਕੈਸੇਟ ਰਿਲੀਜ਼ ਕਰ ਦਿੱਤੀ ਜਾਏ ਜਾਂ ਅੱਗੇ ਤੁਸੀਂ ਜਾਣਾ ਚਾਹੁੰਦੇ ਹੋ ਅਸੀਂ ਮਿਲ ਕੇ ਤੁਹਾਡੀ ਮਦਦ ਕਰ ਸਕੀਏ ਕਿ ਤੁਹਾਨੂੰ ਅਸੀਂ ਅਗਲੇ ਪਲੇਟਫਾਰਮ ਤੇ ਇੱਕ ਵਾਰੀ ਮੌਕਾ ਜ਼ਰੂਰ ਦਵਾ ਸਕੀਏ। ਤੇ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਜਿਹੜੇ ਬੱਚੇ ਇੱਛੁਕ ਨੇ ਜਿਹੜੇ ਪੇਰੈਂਟਸ ਵੀ ਇੱਛੁਕ ਨੇ ਉਹਨਾਂ ਦੇ ਬੱਚੇ ਇਸ ਸੰਗੀਤ ਕੰਪੀਟੀਸ਼ਨ 'ਚ ਪਾਰਟੀਸਪੇਟ ਕਰਨ ਔਰ ਜ਼ਰੂਰ ਨੰਬਰ ਸਾਰਾ ਇਹਨਾਂ ਦੇ ਪੋਸਟਰ 'ਚ ਹੈਗਾ ਤੁਸੀਂ ਉਹਨਾਂ ਨੂੰ ਕੰਟੈਕਟ ਕਰੋ ਮਾਸਟਰ ਜਨਕ ਜੀ ਨੂੰ ਤਾਂ ਕਿ ਅਸੀਂ ਆਪਣੇ ਬੱਚਿਆਂ ਦਾ ਪੋਟੈਂਸ਼ੀਅਲ ਇਸ ਫੀਲਡ 'ਚ ਵੀ ਐਕਸਪਲੋਰ ਕਰ ਸਕੀਏ। ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਸੁਰੀਲੇ ਉਸਤਾਦ ਪ੍ਰੋਗਰਾਮ ਦਾ ਪੋਸਟਰ ਰਿਲੀਜ਼ ਕਰਵਾਉਣ ਵਾਸਤੇ ਅਸੀਂ ਅੱਜ ਆਪਣੇ ਅਮਿਤ ਵਿਜ ਜੀ ਪਠਾਨਕੋਟ ਦੇ MLA ਜੀ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਅੱਜ ਸਾਡੇ ਇਸ ਪ੍ਰੋਗਰਾਮ ਨੂੰ ਪ੍ਰੋਗਰਾਮ ਦੇ ਪੋਸਟਰ ਨੂੰ ਰਿਲੀਜ਼ ਕੀਤਾ ਹੈ ਜਿਸ ਪ੍ਰੋਗਰਾਮ ਦਾ ਨਾਮ ਸੁਰੀਲੇ ਉਸਤਾਦ ਹੈ ਉਹ 8 ਤਰੀਕ ਨੂੰ ਆਡੀਟੋਰੀਅਮ ਜਿਹੜਾ ਸਾਡਾ ਸੈਲੀ ਰੋਡ ਤੇ ਹੈ ਉਸ ਦਿਨ ਜੂਨੀਅਰ ਸੀਨੀਅਰ ਕੈਟਾਗਰੀ ਦੋਨਾਂ ਦੇ ਆਡੀਸ਼ਨ ਹੋਣ ਜਾ ਰਹੇ ਨੇ ਜਿਸ ਆਡੀਸ਼ਨ ਵਿੱਚ ਜਿਹੜੇ ਬੱਚੇ ਵੀ ਭਾਗ ਲੈਣਾ ਚਾਹੁੰਦੇ ਨੇ 6 ਤੋਂ 15 ਔਰ 15 ਤੋਂ ਕਿਸੇ ਵੀ ਉਮਰ ਦਾ ਉਹਦੇ ਅੰਦਰ ਗਾਣ ਦਾ ਟੈਲੈਂਟ ਹੋਵੇਗਾ ਤਾਂ ਉਸ ਨੂੰ ਟ੍ਰੇਨ ਕਰਕੇ ਅਸੀਂ ਰਾਮਲਾ ਗਰਾਊਂਡ 'ਚ ਬਹੁਤ ਵਧੀਆ ਸ਼ੋਅ ਕਰਾਉਣ ਜਾ ਰਹੇ ਹਾਂ ਜਿਸ ਵਿੱਚ ਸਾਡੇ ਅਮਿਤ ਵਿਜ ਜੀ ਪਠਾਨਕੋਟ ਦੇ MLA ਜੀ ਦਾ ਬਹੁਤ ਯੋਗਦਾਨ ਹੈ ਕਿ ਉਹ ਬੱਚਿਆਂ ਨੂੰ ਨਈ ਦਿਸ਼ਾ ਦਿਖਾਉਣਾ ਚਾਹੁੰਦੇ ਨੇ। ਅੱਜ ਦੇ ਹਰ ਚੈਨਲ ਵਿੱਚ ਤੁਸੀਂ ਸਿੰਗਿੰਗ ਕੰਪੀਟੀਸ਼ਨ ਦੇਖਣ ਜਾ ਰਹੇ ਹੋ ਕਿ ਜਿਹੜੇ ਦਿੱਲੀ ਬੰਬੇ ਤੋਂ ਸ਼ੁਰੂ ਹੁੰਦੇ ਨੇ ਤੇ ਸਾਡੇ ਪਠਾਨਕੋਟ ਵਿੱਚ ਪਹਿਲੀ ਵਾਰੀ ਇਹ ਹੋਣ ਜਾ ਰਿਹਾ। ਅਸੀਂ ਕਹਾਂਗੇ ਕਿ ਅਸੀਂ ਜਿੰਨੇ ਵੀ ਸਾਡੇ ਜਿਹਨਾਂ ਬੱਚਿਆਂ ਵਿੱਚ ਇਹ ਟੈਲੈਂਟ ਹੈਗਾ ਉਸ ਪੇਰੈਂਟਸ ਨੂੰ ਹੀ ਰਿਕੁਐਸਟ ਕਰਾਂਗੇ ਕਿ ਬੱਚਿਆਂ ਨੂੰ ਕਹੋ ਕਿ 8 ਤਰੀਕ ਨੂੰ ਆਡੀਸ਼ਨ ਦੇ ਵਿੱਚ ਜ਼ਰੂਰ ਭਾਗ ਲੈਣ ਜਿਸ ਦੇ ਆਡੀਸ਼ਨ ਲੈਣ ਵਾਸਤੇ ਸਾਡੇ ਇੰਟਰਨੈਸ਼ਨਲ ਕਲਾਕਾਰ ਜੀ ਖਾਨ ਜੀ ਔਰ ਬਲਵੀਰ ਬੀਰਾ ਜੀ ਔਰ ਬਹੁਤ ਵਧੀਆ ਜਿਹੜੇ ਜੱਜ ਨੇ ਉਹ ਬੈਠ ਰਹੇ ਨੇ ਤੁਹਾਡੇ ਬੱਚਿਆਂ ਨੂੰ ਸੁਣਨ ਵਾਸਤੇ ਅਗਰ ਤੁਹਾਡੇ ਬੱਚਿਆਂ 'ਚ ਟੈਲੈਂਟ ਹੈ ਤੇ ਜਿਹੜਾ ਸਾਡੇ ਅਮਿਤ ਵਿਜ ਜੀ ਦਾ ਔਰ ਸਰਸਵਤੀ ਸੰਗੀਤ ਸਦਨ ਜੀ ਦਾ ਜਿਹੜਾ ਪ੍ਰਯਾਸ ਹੈ ਉਸ ਨੂੰ ਅਸੀਂ ਕਹਾਂਗੇ ਕਿ ਬਹੁਤ ਵਧੀਆ ਤਰੀਕੇ ਨਾਲ ਪਠਾਨਕੋਟ 'ਚ ਲਹਿਰ ਆਵੇ ਔਰ ਜਿਹੜਾ ਬੱਚਿਆਂ ਵਿੱਚ ਇਹ ਟੈਲੈਂਟ ਹੋਵੇਗਾ ਉਹਨਾਂ ਬੱਚਿਆਂ ਨੂੰ ਦੂਰ ਦੁਰਾਡੇ ਅੱਗੇ ਦੂਰ ਤੱਕ ਲੈ ਕੇ ਜਾਵਾਂਗੇ। ਇਹ ਮੈਂ ਸਭ ਸ਼ਹਿਰ ਵਾਸੀਆਂ ਅੱਗੇ ਬੇਨਤੀ ਕਰਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆ ਕੇ ਆਪਣੇ ਬੱਚਿਆਂ ਦਾ ਆਡੀਸ਼ਨ ਕਰਾਉਣ। इस दौरान विधायक अमित विज के छोटे भाई और कांग्रेस के नेता आशीष विज, रजीश टीटू, रमन रोमी, रिंकू विकास, दिव्याश, राहुल, राजेश, सोनू, अजय, रवि, सूरज, राजकुमार आदि मौजूद रहे। पठानकोट से कैमरामैन लक्ष्य महाजन के साथ अजय कुमार और तरसुनोत्रा की रिपोर्ट।